इलाके अते पाकिस्तान दे विच भूचाल आउण तों बाद हुण चीन दे विच वी देखे गए भूचाल दे झटके। कई इमारतां हुईआं ढह ढेरी, होया बहुत ज्यादा नुकसान, कई लोकां ने वी गवाई अपनी जान। जी हां, बेहद ही मनभागी मामला जिहड़ा ओह सामने आ रिहा, जिथे बीते दिन दिल्ली NCR अते भारत दे होर वख-वख इलाकिआं दे विच भूचाल दे झटके महसूस किते गए सी, ते इत्थे ही पाकिस्तान गवांढी देश पाकिस्तान दे विच वी भूचाल आया सी। हालांकि इस भूचाल दे विच किसे दा जानी या फिर माली नुकसान नहीं सी होया। इत्थे तुहानूं दस दईए कि हुण अजिहा ही मामला चीन तों सामने आया। दस दईए कि चीन दे विच भूचाल दे झटकिआं ने तहलका मचा के रख दित्ता है। इस भूचाल दे झटकिआं दे कारण कई इमारतां जिहड़ियां ढह ढेरी हो गईआं ने, इत्थे ही कई लोकां ने अपनी जान भी गवा दित्ती है। सो पूरा मामला की आओ पूरी जानकारी दिंदे आं वीडियो दे माध्यम राही, सो वीडियो नूं अंत तक जरूर देखना। भूचाल दे झटके बीते दिनां दे विच जेकर गल करिए तां दिल्ली NCR ते भारत दे कई वख-वख इलाके दे विच दिखाई दित्ते सी, अते पाकिस्तान दे विच वी भूचाल दे झटके महसूस किते गए सी। हालांकि इस दे विच कोई भी नुकसान नहीं सी होया, पर हुण चीन तों मामला जिहड़ा सामने आ रिहा है ਉਹ ਇਹ ਹੈ ਕਿ ਚੀਨ ਦੇ ਵਿੱਚ ਭੂਚਾਲ ਦੇ ਝਟਕਿਆਂ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ ਤੇ ਅਨੇਕਾਂ ਲੋਕਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ ਹੈ। ਦੱਸਦੇ ਕਿ ਭੂਚਾਲ ਦੇ ਝਟਕਿਆਂ ਦੇ ਨਾਲ ਜਿੱਥੇ ਇਮਾਰਤਾਂ ਢਹਿ ਢੇਰੀ ਹੋਈਆਂ ਨੇ ਉੱਥੇ ਹੀ 10 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜੀ ਹਾਂ, ਜ਼ਖਮੀ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਚੀਨ ਦੇ ਸ਼ਾਂਡੋਂਗ ਸੂਬੇ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਡੇਂਜੂ ਸ਼ਹਿਰ ਦੀ ਜੋ ਹੈ ਉਸ ਕਾਉਂਟੀ ਦੇ ਵਿੱਚ ਪਿੰਗ ਯੂਆਨ ਕਾਉਂਟੀ ਦੇ ਵਿੱਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ, ਜਿਸ ਦੇ ਵਿੱਚ ਘੱਟੋ ਘੱਟ 10 ਲੋਕ ਜ਼ਖਮੀ ਹੋ ਗਏ ਨੇ। ਸਥਾਨਕ ਅਧਿਕਾਰੀਆਂ ਨੇ ਬਚਾਅ ਦਾ ਪ੍ਰਬੰਧ ਕਰਨ ਅਤੇ ਸੰਭਾਵਿਕ ਖਤਰਿਆਂ ਨੂੰ ਮੁਲਾਂਕਣ ਕਰਨ ਦੇ ਲਈ ਇੱਕ ਐਮਰਜੈਂਸੀ ਜਵਾਬ ਸ਼ੁਰੂ ਕੀਤਾ। ਦੱਸਦੇ ਕਿ ਚੀਨ ਦੇ ਭੂਚਾਲ ਨੈਟਵਰਕ ਕੇਂਦਰ ਨੇ ਇਹ ਵੀ ਦੱਸਿਆ ਕਿ ਭੂਚਾਲ ਦੇ ਝਟਕੇ ਐਤਵਾਰ ਨੂੰ ਜੋ ਹੈ ਸਥਾਨਕ ਸਮੇਂ ਅਨੁਸਾਰ ਸਵੇਰੇ 2:30 ਮਹਿਸੂਸ ਕੀਤੇ ਗਏ ਸੀ। ਭੂਚਾਲ ਦੇ ਕੇਂਦਰ ਡੇਜੋ ਸ਼ਹਿਰ ਤੋਂ 26 ਕਿਲੋਮੀਟਰ ਦੱਖਣ ਦੇ ਵਿੱਚ 10 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਸੀ। ਚੀਨ ਰੇਲਵੇ ਬੀਜਿੰਗ ਗਰੁੱਪ ਕੰਪਨੀ ਲਿਮਿਟਿਡ ਅਨੁਸਾਰ ਬੀਜਿੰਗ ਤਿਆਂਜਿਨ ਅਤੇ ਕਾਂਗਜ਼ੂ ਤੋਂ ਰਵਾਨਾ ਹੋਣ ਵਾਲੀਆਂ 20 ਤੋਂ ਵੱਧ ਰੇਲਾਂ ਨੂੰ ਇਸ ਭੂਚਾਲ ਦੇ ਕਾਰਨ ਰੋਕ ਵੀ ਦਿੱਤਾ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਵਿੱਚ ਵੀ 5.8 ਰਿਕਟਰ ਸਕੇਲ ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਭੂਚਾਲ ਦਾ ਕੇਂਦਰ ਹਿੰਦੂ ਕੁਸ਼ ਖੇਤਰ ਸੀ। ਦੱਸ ਦਈਏ ਕਿ ਅਫਗਾਨਿਸਤਾਨ ਦੇ ਵਿੱਚ ਭੂਚਾਲ ਕਾਰਨ ਕਿਸੇ ਦਾ ਨੁਕਸਾਨ ਨਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਪਰ ਜੋ ਚੀਨ ਦੇ ਵਿੱਚ ਭੂਚਾਲ ਆਇਆ ਉਸਨੇ 10 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ, ਯਾਨੀ ਕਿ ਮਾਲੀ ਨੁਕਸਾਨ ਤਾਂ ਬਹੁਤ ਹੋਇਆ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਹੈ। ਬਚਾਅ ਕਾਰਜ ਜੋ ਨੇ ਉਹ ਕੀਤੇ ਜਾ ਰਹੇ ਨੇ।